ਖੇਤੀ ਦੀ ਪਾਲਿਸੀ ਬਿਲਕੁਲ ਰੈਡੀ ਹੈ, ਬਿਲਕੁਲ ਪਰਫੈਕਟ। ਬਹੁਤ ਸਾਰੇ ਮਾਹਰਾਂ ਨੂੰ ਅਸੀਂ ਬੁਲਾਇਆ ਕਿ ਸਰਕਾਰਾਂ ਨੂੰ ਲੋਕਾਂ ਨੂੰ ਪੁੱਛ ਕੇ ਬਣਾਉਣੀ ਚਾਹੀਦੀ। ਬਾਬੂਆਂ ਨੂੰ ਨਹੀਂ ਪਤਾ ਹੋ ਸਕਦਾ ਸਰ, ਉਹ ਚਿੱਟੇ ਟਾਵਲ ਵਾਲੀਆਂ ਕੁਰਸੀਆਂ 'ਤੇ ਬਹਿ ਕੇ ਮੋਦੀ ਸਰਕਾਰ ਦੀ ਕਿਹਨੂੰ ਪੁੱਛ ਕੇ ਬਣਾ ਦੇ 3 ਕਾਨੂੰਨ? ਕਿੱਥੇ ਕਦੋਂ ਕਦੋਂ ਕੋਈ ਅੰਦੋਲਨ ਹੋਇਆ ਸੀਗਾ ਜੀ ਦੇਸ਼ 'ਚ ਕਿ ਆਹ ਕਾਨੂੰਨ ਬਣਾਓ, ਨਹੀਂ ਤਾਂ ਬਚਦੇ ਨਹੀਂ ਅਸੀਂ। ਬਸ ਉਹ ਬਾਬੂਆਂ ਨੇ ਮਰਵਾਤੇ, ਇਹ ਬਹੁਤ ਵਧੀਆ ਨੇ ਜੀ, ਬਹੁਤ ਵਧੀਆ ਨੇ, ਐਂ ਕਹਿ ਕੇ ਕਰਤਾ। ਉਹਨਾਂ ਨੂੰ ਪੁੱਛਿਆ ਨਹੀਂ ਜਿਹਨਾਂ 'ਤੇ ਅਸਰ ਪੈਣਾ ਸੀ। ਜੇ ਪਹਿਲੀ 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 ਪੁੱਛ ਲੈਂਦੇ, ਜੇ ਪਹਿਲੀ ਸਟੇਕ ਹੋਲਡਰ ਨਾਲ ਗੱਲ ਕਰਨ ਦੇ, ਇਹ ਨੌਬਤ ਹੀ ਨਹੀਂ ਆਉਣੀ ਸੀ, ਨਾਲੇ ਹਰਸਿਮਰ ਦੀ ਕੁਰਸੀ ਬਣ ਜਾਂਦੀ, ਨਾਲੇ ਵਿਚਾਰੀ ਹੋਰ ਬਲੀ ਲੈ ਲਈ ਵਿੱਚ। ਖੇਤੀ ਦੀ ਪਾਲਿਸੀ ਬਿਲਕੁਲ ਰੈਡੀ ਹੈ, ਬਿਲਕੁਲ ਪਰਫੈਕਟ। ਬਹੁਤ ਸਾਰੇ ਮਾਹਰਾਂ ਨੂੰ ਅਸੀਂ ਬੁਲਾਇਆ, PAU 'ਚੋਂ ਬੁਲਾਇਆ, ਹੋਰ ਖੇਤੀ ਨਾਲ ਐਕਸਪਰਟ ਜਿਹੜੇ ਲੋਕ ਨੇ। ਅਸੀਂ ਆਪਣੀ ਪੰਜਾਬ ਦੀ ਖੇਤੀ ਨੀਤੀ ਜਿਹੜੀ ਹੈ ਉਹ ਰੈਡੀ ਹੈ ਆਲਮੋਸਟ, ਪਰ ਅਸੀਂ ਪੰਜਾਬ ਦੇ ਸਟੇਕ ਹੋਲਡਰਸ ਨਾਲ ਗੱਲ ਕਰਾਂਗੇ, ਔਰ ਜਿੰਨੀਆਂ ਵੀ ਕੋਈ ਯੂਨੀਅਨਾਂ ਨੇ ਜਾਂ ਖੇਤੀ ਨਾਲ ਸੰਬੰਧਿਤ ਸੰਸਥਾਵਾਂ ਨੇ ਜਾਂ ਖੇਤੀ ਨਾਲ ਸੰਬੰਧਿਤ ਜਿਹੜੇ ਮਹਿਕਮੇ 'ਚ ਜਾਂ ਕਿਤੇ ਹੋਰ ਬੁੱਧੀਜੀਵੀ ਨੇ, ਉਹਨਾਂ ਸਾਰਿਆਂ ਨੂੰ ਬੁਲਾਵਾਂਗੇ। ਬੁਲਾ ਕੇ ਮੈਂ ਇਸੇ ਤਰ੍ਹਾਂ ਅਸੀਂ ਇੰਡਸਟਰੀਅਲ ਪੋਲਿਸੀ ਲਾਗੂ ਕੀਤੀ ਸੀ, ਇਸੇ ਤਰ੍ਹਾਂ ਅਸੀਂ ਟਰਾਂਸਪੋਰਟ ਦਾ ਵੀ ਸਾਰਿਆਂ ਨੂੰ ਬੁਲਾਇਆ ਸੀਗਾ। ਸੋ ਉਹਨਾਂ ਨੂੰ ਪੁੱਛਾਂਗੇ ਵੀ ਦੱਸੋ ਕਿਵੇਂ ਕਰਨਾ, ਕਿਉਂਕਿ ਦੇਖੋ ਜਿੱਥੇ ਸਮੱਸਿਆ ਉੱਥੇ ਹੱਲ ਹੈ। ਹੋ ਸਕਦਾ ਉਹ ਸਮੱਸਿਆ ਇੱਥੇ ਬੈਠੇ ਬਾਬੂਆਂ ਨੂੰ ਨਾ ਪਤਾ ਲੱਗਦੀ ਹੋਵੇ, ਜਿਹੜੀ ਖੇਤ ਵਾਲੇ ਨੱਕੇ 'ਤੇ ਬਹਿ ਕੇ ਪਤਾ ਲੱਗਦੀ ਹੈ। ਸੋ ਇਸ ਕਰਕੇ ਉਹਨਾਂ ਨੂੰ ਬੁਲਾਵਾਂਗੇ, ਸਟੇਕ ਹੋਲਡਰਸ ਨੂੰ ਬੁਲਾਵਾਂਗੇ। ਅਸੀਂ ਕਿਸਾਨ ਮਿਲ ਨਹੀਂ ਕਰ ਲੈਂਦੇ ਹੁੰਦੇ ਹਾਂ, ਅਸੀਂ 1 ਹਫ਼ਤੇ ਦੀ ਮੁਹਲਤ ਦਿੰਦੇ ਹਾਂ, 1 ਹਫ਼ਤੇ ਦੇ ਨੋਟਿਸ 'ਤੇ ਅਸੀਂ ਸਪੀਕਰ ਸਾਹਿਬ PAU 'ਚ ਕਿਸਾਨ ਮਿਲ ਨਹੀਂ ਕਰ ਲੈਂਦੇ ਹਾਂ ਕਿ ਜਦੋਂ ਗੱਲ ਕਰਨੀ ਹੈ ਕਿਸੇ ਕਿਸਾਨਾਂ ਨਾਲ ਕੋਈ ਰਾਏ ਲੈਣੀ ਹੈ, 15,000 ਤੋਂ ਵੱਧ ਕਿਸਾਨ ਉੱਥੇ ਆ ਕੇ ਆਪਣੇ ਰਾਏ ਦੇਣ ਲੱਗ ਜਾਂਦੇ। 15,000 ਤੋਂ ਵੱਧ ਸਟੋਲ ਲਾ ਲੈਂਦੇ ਅਸੀਂ, ਸਰੋਂ ਵਾਲੇ ਇੱਧਰ ਆ ਜਾਓ, ਮੱਕੀ ਵਾਲੇ ਇੱਧਰ ਆ ਜਾਓ, ਬਾਸਮਤੀ ਵਾਲੇ ਇੱਧਰ ਆ ਜਾਓ, ਅਮਰੂਦਾਂ ਵਾਲੇ ਇੱਧਰ ਆ ਜਾਓ, ਬਾਗਾਂ ਵਾਲੇ ਇੱਧਰ ਆ ਜਾਓ। ਸੋ ਬੜਾ ਵਧੀਆ ਦੋ ਵਾਰੀ ਅਸੀਂ ਕੀਤਾ, ਤੀਜੀ ਵਾਰ ਫਿਰ ਕਰ ਲਾਂਗੇ, ਕਿਉਂਕਿ ਜਿਹੜੀ ਵੀ ਕੋਈ ਨੀਤੀ ਹੈ, ਮੇਰਾ ਪਹਿਲੇ ਦਿਨੋਂ ਮੈਂ ਇਸ ਪੱਖ 'ਚ ਰਿਹਾ ਕਿ ਸਰਕਾਰਾਂ ਨੂੰ ਲੋਕਾਂ ਨੂੰ ਪੁੱਛ ਕੇ ਬਣਾਉਣੀਆਂ ਚਾਹੀਦੀਆਂ। ਬਾਬੂਆਂ ਨੂੰ ਨਹੀਂ ਪਤਾ ਹੋ ਸਕਦਾ ਸਰ, ਉਹ ਚਿੱਟੇ ਟਾਵਲ ਵਾਲੀਆਂ ਕੁਰਸੀਆਂ 'ਤੇ ਬਹਿ ਕੇ AC ਉਹ ਨਹੀਂ ਸਮਝ ਸਕਦੇ ਗਰਾਊਂਡ ਰਿਐਲਿਟੀਆਂ ਨੂੰ, ਉਹ ਫਰਕ ਹੁੰਦਾ। ਲੋਕ ਕੁਝ ਹੋਰ ਚਾਹੁੰਦੇ ਹੁੰਦੇ ਨੇ, ਅਤੇ ਆਹੀ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਮੋਦੀ ਸਰਕਾਰ ਦੀ, ਕਿਹਨੂੰ ਪੁੱਛ ਕੇ ਬਣਾ ਦੇ 3 ਕਾਨੂੰਨ? ਕਿੱਥੇ ਕਦੋਂ ਕਦੋਂ ਕੋਈ ਅੰਦੋਲਨ ਹੋਇਆ ਸੀਗਾ ਜੀ ਦੇਸ਼ 'ਚ ਕਿ ਆਹ ਕਾਨੂੰਨ ਬਣਾਓ, ਨਹੀਂ ਤਾਂ ਬਚਦੇ ਨਹੀਂ ਅਸੀਂ। ਬਸ ਉਹ ਬਾਬੂਆਂ ਨੇ ਮਰਵਾਤੇ, ਇਹ ਬਹੁਤ ਵਧੀਆ ਨੇ ਜੀ, ਬਹੁਤ ਵਧੀਆ ਨੇ, ਐਂ ਕਹਿ ਕੇ ਕਰਤਾ। ਉਹਨਾਂ ਨੂੰ ਪੁੱਛਿਆ ਨਹੀਂ ਜਿਹਨਾਂ 'ਤੇ ਅਸਰ ਪੈਣਾ ਸੀ। ਮੁੜ ਕੇ ਸਾਲ ਤਾਂ ਚਲੋ ਕੱਟ ਗਏ, ਆਪਦੀ ਹੈਗੀ ਉਹਨਾਂ ਦੀ ਡਿਕਟੇਟਰਸ਼ਿਪ ਦੀ ਆਦਤ, ਸਾਲ ਕੁ ਬਾਅਦ ਫਿਰ ਝੁਕਣਾ ਪੈ ਗਿਆ ਨਾ ਜੀ ਕਿ ਮੈਂ ਵਾਪਸ ਲੈਣਾ। ਜੇ ਪਹਿਲੀ 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 ਪੁੱਛ ਲੈਂਦੇ, ਜੇ ਪਹਿਲੀ ਸਟੇਕ ਹੋਲਡਰ ਨਾਲ ਗੱਲ ਕਰਦੇ, ਇਹ ਨੌਬਤ ਹੀ ਨਹੀਂ ਆਉਣੀ ਸੀ, ਨਾਲੇ ਹਰਸਿਮਰ ਦੀ ਕੁਰਸੀ ਬਣ ਜਾਂਦੀ, ਨਾਲੇ ਵਿਚਾਰੀ ਹੋਰ ਬਲੀ ਲੈ ਲਈ ਵਿੱਚ। ਸੋ ਇਸ ਕਰਕੇ ਕਈ ਵਾਰ ਸਰਕਾਰਾਂ ਪੋਲਿਸੀਆਂ ਬਣਾ ਦਿੰਦੀਆਂ ਨੇ, ਪਰ ਉਹ ਜਦੋਂ ਧਰਤੀ 'ਤੇ ਆਉਂਦੀਆਂ ਨੇ ਗੱਲ ਹੀ ਹੋਰ ਹੁੰਦੀ ਹੈ। ਸੋ ਅਸੀਂ ਇੰਡਸਟਰੀਅਲ ਪੋਲਿਸੀ ਬਣਾਈ ਹੈ। ਫਿਰ ਇੱਕ ਹੋਰ ਹੈ ਜੀ, ਵਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ। ਕਈ ਵਾਰੀ ਪੋਲਿਸੀ ਬਣ ਗਈ, ਲਾਗੂ ਕੀਤੀ, ਤਾਂ ਉਹ 'ਚ ਕੁਛ ਕਮੀਆਂ ਨਜ਼ਰ ਆਈਆਂ, ਤਾਂ ਸਟੇਕ ਹੋਲਡਰ ਨੂੰ ਪੁੱਛਿਆ, ਉਹ ਕਹਿੰਦੇ ਜੀ ਆਹ ਕੱਟ ਦਿਓ। ਠੀਕ ਹੈ ਜੀ, ਆਹ ਕੱਟ ਦਿੰਦੇ ਜੀ, ਤੁਹਾਨੂੰ ਚੰਗਾ ਲੱਗਣਾ ਚਾਹੀਦਾ। ਰੈਵਨਿਊ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ, ਰੋਜ਼ਗਾਰ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ, ਉਹਨਾਂ ਦੀ ਪ੍ਰੋਡਕਸ਼ਨ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ, ਕੱਟ ਦਿੰਦੇ ਹਾਂ ਜੀ। ਸੋ ਜਿਵੇਂ ਕਈ ਵਾਰ ਕਾਰਾਂ ਜਿਹੜੀਆਂ ਨੇ, ਆ ਫੋਰਡ ਵਰਗੀਆਂ ਕੰਪਨੀਆਂ ਜਿਹੜੀਆਂ ਨੇ, ਉਹਨਾਂ ਨੇ ਇਹੋ ਜਿਹੀਆਂ ਗਲਤੀਆਂ ਹੋਈਆਂ ਸੀ ਕਿ ਜਦੋਂ ਫੋਰਡ ਨੇ ਪਹਿਲੀ ਕਾਰ ਬਣਾਈ, ਸਰ ਤੁਹਾਨੂੰ ਪਤਾ ਕੀ ਗਲਤੀ ਰਹਿ ਗਈ? ਪਹਿਲੀ ਕਾਰ ਬਣਾਈ ਜਦੋਂ ਫੋਰਡ ਨੇ, ਅਮਰੀਕਾ ਦੀ ਕੰਪਨੀ, ਬੈਕ ਗੇਅਰ ਲਾਉਣਾ ਭੁੱਲ ਗਈ ਜੀ।
ਜਦੋਂ ਪਤਾ ਲੱਗਿਆ ਬੈਕ ਵੀ ਹੁਣ ਹੁੰਦੇ ਨੇ, ਫਿਰ ਸਾਰੀਆਂ ਗੱਡੀਆਂ ਰੀਕਾਲ ਕੀਤੀਆਂ ਜੀ, ਫਿਰ ਦੁਬਾਰਾ ਬੈਕ ਗੇਅਰ ਲਾ ਕੇ, ਹੈ ਨਾ। ਉਹ ਕਈ ਵਾਰੀ ਇਹੋ ਜਿਹੀਆਂ ਵੀ ਇੰਜੀਨੀਅਰ ਤੋਂ ਗਲਤੀਆਂ ਹੋ ਜਾਂਦੀਆਂ ਨੇ। ਸੋ ਅਸੀਂ ਚਾਹੁੰਦੇ ਨਹੀਂ ਕਿ ਵਾਰ ਵਾਰ ਅਸੀਂ ਇੱਕ ਹੋਰ ਕਰਨ ਲੱਗੇ ਹਾਂ। ਮੈਂ ਐਲ ਓ ਪੀ ਸਾਹਿਬ ਨੂੰ ਵੀ ਇਸ ਗੱਲ ਦੀ ਜਾਣਕਾਰੀ ਦੇ ਦਿੰਦਾ, ਅਤੇ ਉਹਦੇ ਵਿੱਚ ਤੁਹਾਡੀ ਵੀ ਰਾਏ ਅਤੇ ਤੁਹਾਡੀ ਵੀ ਸ਼ਮੂਲੀਅਤ ਚਾਹਾਂਗੇ ਕਿ ਅਸੀਂ ਇੱਕ ਇੰਡਸਟਰੀਅਲ ਐਡਵਾਈਜ਼ਰੀ ਕਮਿਸ਼ਨ ਬਣਾ ਰਹੇ ਹਾਂ, ਜਿਹਦੇ ਵਿੱਚ ਹਰ ਫੀਲਡ ਦੇ ਵਿੱਚ ਬੰਦੇ ਚੁਣੇ, ਜਿਵੇਂ 25 ਕੁ ਅਸੀਂ ਸੈਕਟਰ ਜਿਹੜੇ ਨੇ 25 ਜਾਂ 26 ਉਹ ਆਈਡੈਂਟੀਫਾਈ ਕੀਤੇ ਨੇ, ਟੈਕਸਟਾਈਲ ਦੇ, ਰੀਅਲ ਸਟੇਟ ਦੇ, MSME ਦੇ, ਜਿਹੜੇ ਫਾਰਮਾਸਿਟੀਕਲ ਦੇ, ਇਸ ਤੋਂ ਇਲਾਵਾ ਚਮੜੇ ਵਾਲਿਆਂ ਦੇ, ਜਿਵੇਂ ਜਲੰਧਰ 'ਚ ਚਮੜੇ ਦੀ ਫੈਕਟਰੀਆਂ ਨੇ, ਇੱਦਾਂ ਦੇ 26 ਨੇ। ਅਸੀਂ ਉਹਨਾਂ ਨੂੰ ਕਿਹਾ ਤੁਸੀਂ ਦਿਓ 11 ਬੰਦੇ, ਕਮਿਸ਼ਨ ਤੁਸੀਂ ਬਣਾਓ ਆਪਦਾ ਟੈਕਸਟਾਈਲ ਦਾ, 11 ਬੰਦੇ ਦਿਓ ਅਤੇ ਤੁਹਾਡਾ ਚੇਅਰਮੈਨ ਦਿਓ ਕਿ ਕਾਹ ਸਾਡਾ ਚੇਅਰਮੈਨ ਹੋਊਗਾ। ਅਤੇ ਅਸੀਂ ਉਸ ਚੇਅਰਮੈਨ ਨੂੰ, ਜੋ ਵੀ ਐਡਵਾਈਜ਼ਰੀ ਬੋਰਡ ਦਾ ਕਮਿਸ਼ਨ ਦਾ ਚੇਅਰਮੈਨ ਹੋਊਗਾ, ਅਸੀਂ ਉਹਨੂੰ ਕੈਬਨਿਟ ਦਾ ਰੈਂਕ ਵੀ ਦੇਵਾਂਗੇ, ਤਾਂ ਕਿ ਉਹਨੂੰ ਉਹਦੀ ਚੱਲੇ ਅਫਸਰਾਂ ਦੇ ਵਿੱਚ ਕੋਈ ਗੱਲ ਚੇਂਜ ਕਰਾਉਣੀ ਹੈ। ਅਤੇ ਨਾਲ ਜੇ ਟੈਕਸਟਾਈਲ ਦੀ ਪ੍ਰੋਬਲਮ ਹੈ ਇਕੱਲੇ ਦੀ, ਤਾਂ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਇਨਵੈਸਟ ਪੰਜਾਬ ਦੇ ਕਿਸੇ ਜਾਂ ਇੰਡਸਟਰੀਅਲ ਜੋ ਪੰਜਾਬ ਸਰਕਾਰ ਦੇ ਇੰਡਸਟਰੀਅਲ ਜਿਹੜੇ ਸੰਮੇਲਨ ਹੁੰਦੇ ਨੇ ਉਹਨੂੰ 'ਚ ਆ ਕੇ ਗੱਲ ਕਰਨੀ ਪਵੇ। ਉਹ ਇਕੱਲੇ ਵੀ ਆ ਸਕਦੇ ਆ, ਉਹ ਦੋ ਬੰਦੇ ਵੀ ਭੇਜ ਸਕਦੇ, ਟੈਕਸਟਾਈਲ ਦੀ ਆਹ ਪ੍ਰੋਬਲਮ ਹੈ ਜੀ, ਤਾਂ ਇਮੀਡੀਏਟਲੀ ਹੱਲ ਕਰਾਂਗੇ। ਇਸੇ ਤਰ੍ਹਾਂ ਹੀ ਖੇਤੀ ਦਾ ਕਰਾਂਗੇ ਜੀ, ਖੇਤੀ ਬਾਰੇ ਕੋਈ ਮਾਹਰਾਂ ਦੀ ਜਿਹੜੀ ਕਮੇਟੀ ਉਹਨਾਂ ਤੋਂ ਲੈ ਕੇ, ਜਿਵੇਂ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਹੈ, ਸਾਥੋਂ ਨਾਮ ਮੰਗੇ ਸੀ, ਅਸੀਂ ਦਿੱਤੇ ਚੰਗੇ ਅਫਸਰਾਂ ਦੇ ਪੁੱਛ ਕੇ ਕਿ ਕੌਣ ਇਹੋ ਜਿਹਾ ਹੋ ਸਕਦਾ ਜਿਹੜਾ ਜਿਹਨੂੰ ਖੇਤੀ ਬਾਰੇ ਵੱਧ ਤੋਂ ਵੱਧ ਟੈਕਨੀਕਲ ਗੱਲਾਂ ਪਤਾ ਹੋਣ। ਤੋਂ PAU ਤੋਂ ਅਸੀਂ ਪੁੱਛ ਕੇ ਅਸੀਂ ਨਾਮ ਦਿੱਤੇ, ਹਰਿਆਣਾ ਨੇ ਵੀ ਦਿੱਤੇ ਆ, ਫਿਰ ਤੋ ਉਹਨਾਂ ਨੇ ਮੰਗੇ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡਾ ਜਿਹੜਾ ਸਰਕਾਰ ਦੀ ਜਿਹੜੀ ਨੀਅਤ ਹੈ ਉਹ ਚੰਗੇ ਨੀਤੀਆਂ ਲੋਕਾਂ ਨੂੰ ਪੁੱਛ ਕੇ ਬਣਾਉਣ ਦਾ ਇਰਾਦਾ ਹੈ ਜੀ।